ਲੰਘ ਗਿਆ ਜ਼ੋਰ ਜਵਾਨੀ ਦਾ, ਬਾਬਾ ਨਹੀਂ ਅੱਜ ਦਵਾਨੀ ਦਾ। ਆਂਦਾ ਹਲਵਾ ਕੇ ਗਊ ਦੇ ਜਾਇਆਂ ਦਾ, ਕਈਆਂ ਨਾਲ ਚੁੰਡਾਂ ਗੁੱਟਦਾ ਸੀ, ਅਨਰਿਝਿਆ ਖਾ ਕੇ ਤੌੜੀ ਦਾ, ਮੈਂ ਬਿਨ ਫੰਘਾਂ ਤੋਂ ਉੱਡਦਾ ਸੀ। ਉਦੋਂ ਆਲਸ ਨੇੜੇ ਨਹੀਂ ਆਇਆ, ਅੰਨ ਖਾਧਾ ਧਰਤ ਬਰਾਨੀ ਦਾ, ਬਾਬਾ ਨਹੀਂ ਅੱਜ ਦਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ। ਨਾ ਤਾਂ ਅੱਕਦਾ ਸੀ ਨਾ ਥੱਕਦਾ ਸੀ, ਨਾ ਅੱਕਦਾ ਸੀ ਨਾ ਥੱਕਦਾ ਸੀ, ਦੋਵਾਂ ਨੂੰ ਲਾ ਕੇ ਉਂਗਲ ਮੈਂ ਤੀਜੇ ਨੂੰ ਮੋਢੇ ਚੱਕਦਾ ਸੀ। ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ, ਕਦਲ ਆ ਗਏ ਚੋਰ ਸ਼ੈਤਾਨੀ ਦਾ, ਬਾਬਾ ਨਹੀਂ ਰਿਹਾ ਦਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ। ਕਦੇ ਦਾ ਬਾਪੂ ਸੀ ਮੈਂ ਇਹ ਕਰਦਾ, ਕਿਆ ਬਾਤ, ਕਦੇ ਬਾਪੂ ਸੀ ਮੈਂ ਇਹ ਕਰਦਾ, ਮੇਰੀ ਡੋਰ ਹਲਾਈ ਹਲਦੀ ਸੀ, ਘਰ ਵਿੱਚ ਤਾਂ ਮੇਰੀ ਚੌਧਰ ਸੀ ਪਰ ਬਾਹਰ ਵੀ ਚੰਗੀ ਚੱਲਦੀ ਸੀ, ਮੈਂ ਪੱਥਰ ਢੋਏ ਪਹਾੜੇ ਦੇ, ਆ ਮਿਲਿਆ ਮੁੱਲ ਕੁਰਬਾਨੀ ਦਾ, ਬਾਬਾ ਨਹੀਂ ਅੱਜ ਦਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ। ਜਦੋਂ ਦਾ ਕੁੰਜੀ ਮੇਰੀ ਜੇਬ 'ਚ ਸੀ, ਸਭ ਬਾਪੂ ਬਾਪੂ ਕਹਿੰਦੇ ਸੀ, ਕੋਈ ਪੰਜ ਮੰਗਦਾ ਕੋਈ ਦਸ ਮੰਗਦਾ, ਮੇਰੇ ਪੈਂਦ ਸਰਾਣੇ ਬਹਿੰਦੇ ਸੀ। ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ, ਕਦਲ ਆ ਗਏ ਚੋਰ ਸ਼ੈਤਾਨੀ ਦਾ, ਬਾਬਾ ਨਹੀਂ ਅੱਜ ਦਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ। ਕਹਿੰਦਾ ਮੇਰੇ ਘਰ ਵਾਲੀ ਮੇਰੀ ਸਾਥਣ ਜੋ, ਵਾਹ ਜੀ ਵਾਹ, ਮੇਰੇ ਘਰ ਵਾਲੀ ਮੇਰੀ ਸਾਥਣ ਜੋ, ਅੱਜ ਉਹ ਮੈਥੋਂ ਅੱਡ ਰਹਿੰਦੀ ਹੈ, ਉਹਦੇ ਨਾਂ 'ਤੇ ਥੋੜ੍ਹੀ ਐਫ ਡੀ ਆ, ਉਹ ਤਾਂ ਏ ਸੀ ਵਿੱਚ ਪੈਂਦੀ, ਮੇਰੇ ਨੇੜੇ ਉਹ ਬਹਿੰਦੀ ਸੀ, ਜਦ ਨਸਾ ਸੀ ਅੱਖ ਮਸਤਾਨੀ ਦਾ, ਬਾਬਾ ਨਹੀਂ ਰਿਹਾ ਦਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ। ਆਂਦਾ ਮੇਰੇ 'ਤੇ ਮੱਖੀਆਂ ਦਿਸਦੀਆਂ ਨਹੀਂ, ਜਿਨ੍ਹਾਂ ਤੋਂ ਮੱਖ ਅਡਾਏ ਸੀ, ਕਿਆ ਬਾਤ, ਕਰ ਮਿਹਨਤ ਫੀਸਾਂ ਭਰਦਾ ਸੀ, ਮੈਂ ਰੀਝਾਂ ਨਾਲ ਪੜ੍ਹਾਏ ਸੀ, ਨਾ ਸਮਝ ਪਵੇ ਹੁਣ ਚਿਹਰੇ ਨੂੰ ਕਿ ਹੱਲ ਹੋਵੇ ਮਨਮਾਨੀ ਦਾ, ਬਾਬਾ ਨਹੀਂ ਰਿਹਾ ਦਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ, ਲੰਘ ਗਿਆ ਜ਼ੋਰ ਜਵਾਨੀ ਦਾ, ਬਾਬਾ ਨਹੀਂ ਅੱਜ ਦਵਾਨੀ ਦਾ, ਬਾਬਾ ਨਹੀਂ। ਉਹ ਇਸ ਤਰ੍ਹਾਂ ਕਰਕੇ ਉਹਦੀ ਜੀ ਹੱਡ ਬੀਤੀ ਮੈਂ ਆਪਦੇ ਸ਼ਬਦਾਂ 'ਚ ਬਿਆਨ ਕਰੀ ਅਤੇ ਉਹ ਤੁਹਾਡੇ ਸਾਹਮਣੇ ਪੇਸ਼ ਹੈ। ਜਵਾਨੀ ਦਾ ਜ਼ੋਰ ਲੰਘਣ ਤੋਂ ਬਾਅਦ ਬੜਾ ਫਰਕ ਪੈ ਜਾਂਦਾ ਹੈ ਨਾ ਜੀ, ਹੈ ਜੀ, ਜਵਾਨੀ ਲੰਘਣ ਤੋਂ ਬਾਅਦ ਸਾਰਾ ਹੀ ਫਰਕ ਪੈ ਜਾਂਦਾ। ਦੇਖੋ ਜਵਾਨੀ ਤਾਂ ਜਵਾਨੀ ਹੁੰਦੀ ਹੈ, ਜਦੋਂ ਜਵਾਨੀ ਸੀ ਨਾ ਜੀ, ਅਤੇ ਮੈਂ 5 ਫੁੱਟ ਉੱਚੀ ਛਾਲ ਮਾਰ ਕੇ ਲੰਘ ਜਾਂਦਾ ਸੀਗਾ। ਅਸੀਂ ਕਬੱਡੀ ਖੇਡਦੇ, ਜੋ ਨੈਸ਼ਨਲ ਕਬੱਡੀ ਦਾ ਮੈਂ ਬਹੁਤ ਪਲੇਅਰ ਰਿਹਾ, ਠੀਕ ਹੈ, ਡਿਸਟ੍ਰਿਕਟ ਲੈਵਲ 'ਤੇ ਅਸੀਂ ਹਰਿਆਣੇ 'ਚ ਖੇਡੇ ਹਾਂ, ਠੀਕ ਹੈ, ਮੇਰੇ ਸਾਥੀ ਕਈ ਪੁਲਿਸ ਭਰਤੀ ਹੈ ਮੇਰੇ ਨਾਲ ਦੇ, ਤਕੜੇ ਤਕੜੇ ਅਫਸਰ ਲੱਗੇ ਮੇਰੇ ਨਾਲ ਦੇ ਪੜ੍ਹਦੇ ਮੁੰਡੇ, ਠੀਕ ਹੈ, ਅਤੇ ਸਾਡੇ ਮਤਲਬ ਸਾਨੂੰ ਜੋ ਹੈੱਡਮਾਸਟਰ ਸਾਹਿਬ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਪਿਤਾ ਸਨਮਾਨ ਸਰਦਾਰ ਯੁਵਰਾਜ ਸਿੰਘ ਚੌਹਾਨ ਰੋੜੀ ਢੰਡਾਲਾ ਤੋਂ ਜੀ, ਬੜੀ ਉਹਨਾਂ ਨੇ ਸਾਨੂੰ ਖੇਡ ਦੇ ਨਾਲ ਨਾਲ ਸ਼ਿਕਸ਼ਾ ਵੀ ਬੜੀ ਦਿੱਤੀ ਅਤੇ ਸਾਨੂੰ ਖੇਡ ਦੇ ਵੱਲ ਵੀ ਬਹੁਤ ਉਹਨਾਂ ਨੇ ਪ੍ਰੇਰਿਆ ਜੀ, ਅਤੇ ਉਹਨਾਂ ਦੀ ਪ੍ਰੇਰਣਾ ਸਕਤਾ ਬਹੁਤ ਮੁੰਡੇ ਸਰਕਾਰੀ ਸਰਵਿਸ 'ਤੇ ਹੋਏ। ਚਲੋ ਅਸੀਂ 50-55 ਮੁੰਡੇ 'ਚ ਮਤਲਬ ਤਿੰਨ ਚਾਰ ਮੁੰਡੇ ਹਾਂ ਜਿਹੜੇ ਅਸੀਂ ਆਪਦਾ ਬਿਜ਼ਨਸ 'ਚ ਪੈ ਗਏ ਜੀ, ਬਾਕੀ ਬਹੁਤ ਮੁੰਡੇ ਵਧੀਆ ਸਾਰੇ ਕਾਰੋਬਾਰਾਂ 'ਚ ਲੱਗੇ ਆਪਦੇ। ਜਵਾਨੀ ਮਤਲਬ ਜਿਵੇਂ ਤੁਸੀਂ ਕਿਹਾ ਬਜ਼ੁਰਗ ਦੀ ਗਾਥਾ ਸੁਣਾਈ ਵੀ ਸਾਰਾ ਕੁਝ ਮੈਂ ਜਿਨ੍ਹਾਂ ਨੂੰ ਮਤਲਬ ਬੜਾ ਸਮਾਂ ਚੇਂਜ ਹੋ ਗਿਆ, ਬਹੁਤ ਕੁਛ ਬਦਲ ਰਿਹਾ ਹੈ, ਬਹੁਤ ਬਦਲ ਗਿਆ ਜੀ, ਬਹੁਤ ਬਦਲ ਗਿਆ, ਬਹੁਤ ਜ਼ਿਆਦਾ ਬਦਲ ਗਿਆ। ਹੁਣ ਤਾਂ ਇਹਦਾ ਨਾਂ ਕਿ ਬਜ਼ੁਰਗਾਂ ਨੂੰ ਜਿਹੜੇ ਪਹਿਲਾਂ ਵਾਲੇ ਸਮੇਂ ਸੀਗੇ ਜੀ ਉਸ ਦੇ ਮੁਤਾਬਕ ਹੁਣ ਨਹੀਂ ਰਹੇ, ਹੁਣ ਤਾਂ ਬਜ਼ੁਰਗ ਵੀ ਥੋੜ੍ਹੀ ਤੜ 'ਚ ਰਹਿੰਦੇ, ਉਹਨਾਂ ਨੂੰ ਪਤਾ ਲੱਗ ਗਿਆ ਸਮੇਂ ਦੇ ਮੁਤਾਬਕ ਉਹ ਆਪਦੇ ਪੈਰਾਂ 'ਚ ਰਹਿੰਦੇ ਆ, ਠੀਕ ਹੈ, ਅਤੇ ਕਈ ਭੋਲੇ ਸੀ ਜਿਹੜੇ ਇਹੋ ਜਿਹੇ ਉਹ ਆਪਦੇ ਜਦੋਂ ਕਰ ਲੈਂਦੇ ਆ ਉਦੋਂ ਦਾ ਇਹੋ ਜਿਹੀ ਹੋ ਜਾਂਦੀ ਹੈ, ਉਦੋਂ ਦਾ ਹੋ ਜਾਂਦਾ। ਸਮਾਜ ਜਿਹੜਾ ਬਦਲਾਅ ਜਿਵੇਂ ਹੁਣ ਜਿਵੇਂ ਤੁਸੀਂ ਬਜ਼ੁਰਗਾਂ ਦੀ ਗੱਲ ਕਰਤੀ, ਮਤਲਬ ਅਸੀਂ ਉਹ ਅੰਗਰੇਜ਼ਾਂ ਵਾਲੇ ਦੇਸ਼ਾਂ 'ਚ ਤਾਂ ਗਏ ਸੀ ਪਰ ਸਾਡੇ ਵੀ ਉਹ ਚੀਜ਼ਾਂ ਆ ਗਈਆਂ ਹੈ ਨਾ, ਜਿਵੇਂ ਬਿਰਧ ਆਸ਼ਰਮ ਆ ਗਏ, ਪਹਿਲਾਂ ਕਿਤੇ ਕਿਸੇ ਸੁਣਿਆ ਹੀ ਨਹੀਂ ਹੋਣਾ। ਨਹੀਂ, ਬਿਰਧ ਆਸ਼ਰਮ ਤਾਂ ਪਹਿਲਾਂ ਜਿਹੜੇ ਬਿਰਧ ਆਸ਼ਰਮ 'ਚ ਬਜ਼ੁਰਗਾਂ ਨੂੰ ਭੇਜਣਾ ਸੀ ਨਾ, ਲੋਕ ਬਹੁਤ ਉਹਦੀ ਹਲਾਤਣ ਮੰਨਦੇ ਸੀ, ਲੋਕਾਂ 'ਚ ਸ਼ਰਮ ਸੀਗੀ, ਹੁਣ ਸ਼ਰਮ ਹਜ਼ਾ ਹੈ ਨਹੀਂ ਕਿਸੇ ਨੂੰ ਵੀ, ਹੁਣ ਤਾਂ ਇਹ ਕਹਿੰਦੇ ਵੀ ਬਜ਼ੁਰਗ ਜੇ ਬੈਠਾ ਉੱਥੇ ਮਤਲਬ ਬਿਰਧ ਆਸ਼ਰਮ 'ਚ ਬੈਠਾ ਕੋਈ ਖਾਸ ਗੱਲ ਨਹੀਂ, ਅਸੀਂ ਉਹਨੂੰ ਮਿਲਣ ਤੱਕ ਵੀ ਪਰਹੇਜ਼ ਕਰਦੇ ਹਾਂ, ਪਹਿਲਾਂ ਵਾਲਾ ਗੱਲ ਨਹੀਂ ਰਹੀ, ਮਿਲਣ ਤੱਕ ਵੀ ਪਰਹੇਜ਼ ਕਰਦੇ ਆ, ਜੋ ਇੱਕ ਵੱਡੀ ਕਰੂਤੀ ਹੈ ਸਾਡੇ ਸਮਾਜ ਦੇ ਵਿੱਚ, ਕਿਉਂ ਜਿਹਨਾਂ ਮਾਪਿਆਂ ਨੇ ਪੜ੍ਹਾਇਆ ਲਿਖਾਇਆ ਲਾਡ ਦਿੱਤਾ ਅਤੇ ਜੇਕਰ ਉਹਨਾਂ ਨੂੰ ਅੰਤ ਸਮੇਂ ਆਪਾਂ ਸਾਥ ਨਹੀਂ ਦੇ ਸਕਦੇ ਤਾਂ ਆਪਣਾ ਇਸ ਸੰਸਾਰ 'ਤੇ ਆਉਣ ਦਾ ਕੋਈ ਫਾਇਦਾ ਨਹੀਂ ਗਾ, ਨਾ ਆਇਆਂ ਵਰਗੇ ਆਪਾਂ ਨਾ, ਹਾਂ ਫਰਜ਼ ਪਹਿਲਾਂ ਲੋਕ ਇਹ ਚੀਜ਼ਾਂ ਪਹਿਲਾਂ ਤਾਂ ਕਦੇ ਸੁਣੀਆਂ ਨਹੀਂ ਸੀ ਆ ਗੱਲਾਂ ਆਪਾਂ ਬਜ਼ੁਰਗ ਪਿੰਡਾਂ, ਨਾ 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 ਨਾ, ਇਹ ਤਾਂ ਗੱਲ ਹੋ ਹੀ ਨਹੀਂ ਸਕਦੀ ਸੀਗੀ, ਬਜ਼ੁਰਗਾਂ ਦਾ ਬਹੁਤ ਸਤਿਕਾਰ ਹੁੰਦਾ ਸੀਗਾ ਅਤੇ ਮਤਲਬ ਸਾਰੀ ਦੁਨੀਆ ਇੱਕੋ ਜਿਹੀ ਵੀ ਨਹੀਂ ਸੀ, ਕਈ ਵਿੱਚ ਮੁਕਾ ਮਤਲਬ ਲੋਕ ਹੈਗੇ ਇਹੋ ਜਿਹੇ ਜਿਹੜੇ ਅੱਜ ਵੀ ਬਜ਼ੁਰਗਾਂ ਨੂੰ ਪੁੱਛ ਕੇ ਗੱਲ ਕਰਦੇ, ਚਾਹੇ ਉਹ ਮੰਜੀ 'ਤੇ ਬੈਠੇ ਆ, ਸਾਰੀ ਦੁਨੀਆ ਦੇ ਇੱਕੋ ਜਿਹੇ ਨਹੀਂ ਪਰ ਅੱਗੇ ਨਾਲ ਬਹੁਤ ਫਰਕ ਪੈ ਗਿਆ, ਬਜ਼ੁਰਗ ਨੂੰ ਤਾਂ ਘਰ ਦਾ ਤਾਲਾ ਸਮਝ ਆ ਜਾਂਦਾ ਵੀ ਲੋੜ ਨਹੀਂ ਜੇ ਬੈਠਾ ਤਾਂ, ਹੈ ਨਾ। ਦੇਖੋ ਜੀ ਹੁਣ ਤਾਲੇ ਦੀ ਸੁਣ ਲਓ, ਹੁਣ ਮੈਂ ਆਪ ਦੱਸਦਾ ਵੀ ਅਸੀਂ ਮੈਂ ਹਾਂ ਅਤੇ ਮੇਰਾ ਇੱਕ 11 ਸਾਲ ਦਾ ਬੇਟਾ ਅਤੇ ਮੇਰੇ ਘਰ ਵਾਲੀ, ਮੇਰੇ ਘਰ ਵਾਲੀ ਕਿਸੇ ਨਾਲ ਅੱਜ ਰਿਸ਼ਤੇਦਾਰੀ 'ਚ ਕੋਈ ਮਰਗ ਉੱਥੇ ਭੋਗ 'ਤੇ ਗਈ ਹੈ ਅਤੇ ਤਾਲਾ ਸਾਡੇ ਬਜ਼ੁਰਗ ਆ ਘਰੇ, ਪਰ ਉਹਨੂੰ ਛੱਡ ਕੇ ਆਇਆ, ਮੈਂ ਤਾਲਾ ਲਾ ਕੇ ਹੈ, ਇਕੱਲੇ ਆ ਉਹ, ਰੋਟੀ ਪਾਣੀ ਉਹਨਾਂ ਨੂੰ ਖਵਾ ਕੇ ਹੈ,
ਪੱਖਾ ਲੱਗਿਆ ਆਰਾਮਦਨ ਪਊ ਮੈਂ ਹੈ ਮੈਂ ਆ ਜਾਂਦਾ ਤੋ ਤਾਂ ਇਸ ਵਾਸਤੇ ਬਜ਼ੁਰਗ ਤਾਂ ਬਜ਼ੁਰਗ ਹੁੰਦੇ ਆ ਬਜ਼ੁਰਗ ਤਾਂ ਘਰ ਦਾ ਤਾਲਾ ਕੀ ਬਜ਼ੁਰਗ ਤਾਂ ਘਰ ਦਾ ਤਾਜ ਹੁੰਦੇ ਯਾਰ ਤਾਲਾ ਤਾਂ ਬਹੁਤ ਤਾਜ ਹੁੰਦੇ ਆ ਹਾਂ ਬਜ਼ੁਰਗਾਂ ਦੀ ਸੇਵਾ ਮੈਂ ਤਾਂ ਨਾ ਵੀ ਜਿਹਨੂੰ ਬਜ਼ੁਰਗਾਂ ਦੀ ਸੇਵਾ ਜਿਹਦੇ ਹਿੱਸੇ ਆ ਜੀ ਜੀ ਉਹ ਤਾਂ ਇਸ ਸੰਸਾਰ ਤੋਂ ਲੋਕ ਅਤੇ ਪ੍ਰਲੋਕ ਸਹੇਲੇ ਹੋ ਜਾਂਦੇ ਉਹਦੇ ਲੋਕ ਪ੍ਰਲੋਕ ਸਹੇਲੇ ਹੋ ਸਹੇਲੇ ਹੋ ਜਾਂਦੇ ਤੁਹਾਨੂੰ ਸ਼ਾਇਰੀ ਦਾ ਸ਼ੌਂਕ ਕਦੋਂ ਪਿਆ ਦੇਖੋ ਜੀ ਮੈਂ ਬਚਪਨ ਤੋਂ ਮੇਰੇ ਸ਼ੌਂਕ ਸੀ ਸ਼ਾਇਰੀ ਦਾ ਅੱਛਾ ਜੀ ਮੇਰੇ ਬਾਪੂ ਜੀ ਆਪ ਖੁਦ ਲਿਖਦੇ ਸੀਗੇ ਅੱਛਾ ਬਾਪੂ ਜੀ ਤੁਹਾਡੇ ਲਿਖਦੇ ਸੀ ਮੇਰੇ ਬਾਪੂ ਜੀ ਲਿਖਦੇ ਸੀ ਉਹ ਅਨਪੜ੍ਹ ਸੀ ਬਿਲਕੁਲ ਵੀ ਠੀਕ ਹੈ ਪਰ ਮੈਨੂੰ ਕਵਿਸ਼ਰੀ ਸੁਣਨ ਦਾ ਇੱਕ ਮੈਂ ਤੁਹਾਨੂੰ ਆਪਦੇ ਬਚਪਨ ਦੀ ਗੱਲ ਦੱਸਦਾ ਕਿ ਮੈਂ ਹਰਿਆਣੇ 'ਚ ਫੱਗੂ ਪਿੰਡ ਪੜ੍ਹਦਾ ਹੁੰਦਾ ਸੀਗਾ ਠੀਕ ਹੈ ਜੀ ਅਤੇ ਕਰਤਾਰ ਰਮਲੇ ਦਾ ਅਖਾੜਾ ਆਇਆ ਸੁਖ ਉੱਥੇ ਥਰਾਜ ਪਿੰਡ ਠੀਕ ਹੈ ਅਤੇ ਮੁੰਡੇ ਹੱਸਣ ਲੱਗ ਗਿਆ ਵੀ ਇਹ ਜਾਊਗਾ ਸੁਣਨ ਮੈਨੂੰ ਕਲਾ ਨਾਲ ਬਹੁਤ ਸ਼ੁਰੂ ਤੋਂ ਪ੍ਰੇਮ ਸੀਗਾ ਮੈਂ ਡੀ ਪੀ ਸਾਹਿਬ ਨੂੰ ਦੱਸਤਾ ਮੁੰਡਿਆਂ ਨੇ ਕਹਿੰਦੇ ਵੀ ਜੀ ਭੱਜੂਗਾ ਅਤੇ ਇਹ ਮੈਂ ਜੀ ਸਰ ਜੀ ਬੇਨਤੀ ਹੈ ਵੀ ਜੇ ਤਾਂ ਤੁਸੀਂ ਮੈਨੂੰ ਭੇਜ ਦਿਓਗੇ ਤਾਂ ਠੀਕ ਹੈ ਨਹੀਂ ਮੈਂ ਕੰਧ ਟੱਪ ਜੂੰਗਾ ਮੈਂ ਤਾਂ ਜਾਊਂਗਾ ਜਾਣਾ ਮੈਂ ਹੈਗਾ ਹੀ ਹੈ ਜਾਣਾ ਮੈਂ ਹੈਗਾ ਹੀ ਹੈ ਅਤੇ ਸਕੂਲ ਬਾਰ ਬਾਰ ਸੀਗਾ ਅਤੇ ਬਰਾਨੀ ਜਿਹਾ ਏਰੀਆ ਸੀਗਾ ਅਤੇ ਜੋ ਡੰਡਾ ਲੈ ਕੇ ਗੇਟ 'ਤੇ ਖੜ੍ਹ ਗਿਆ ਮੈਂ ਕੰਧ ਟੱਪ ਗਿਆ ਸਾਡੇ ਖਾਕੀ ਪਜਾਮੇ ਪਾਏ ਹੁੰਦੇ ਅਤੇ ਲੇਹਾ ਬਹੁਤ ਸੀਗਾ